ਜੀਵ ਕਰਮ ਕਰਦਾ ਉਹੋ ਜਿਹਾ ਹੀ ਫਲ ਭੋਗਦਾ। ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਦੁਨੀਆ ਦੋਸ਼ ਰੋਸ ਹੈ ਲੋਈ, ਆਪਣਾ ਕੀਆ ਪਾਵੇ ਸੋ। ਇੱਕ ਦੂਜੇ ਨੂੰ ਦੋਸ਼ ਦਿੰਦੇ ਨੇ, ਰੋਸਾ ਵੀ ਜ਼ਾਹਰ ਕਰਦੇ ਨੇ, ਫਲਾਨੇ ਨੇ ਮੇਰੇ ਨਾਲ ਐਸਾ ਕੀਤਾ, ਆਹ ਕੀਤਾ, ਵਾਹ ਕੀਤਾ, ਪਰ ਇਹ ਨਹੀਂ ਸਮਝਦੇ ਵੀ ਸਾਡੇ ਕਰਮਾਂ ਦਾ ਫਲ ਹੈ। ਜੇ ਕਿਸੇ ਨੇ ਸਾਨੂੰ ਦੁੱਖ ਦਿੱਤਾ, ਅਸੀਂ ਕੋਈ ਉਹਨੂੰ ਪਿਛਲੇ ਜਨਮ 'ਚ ਦਿੱਤਾ ਹੋਊਗਾ। ਆਖਰ ਨੂੰ ਤਾਂ ਜੋ ਕੁਛ ਸਾਨੂੰ ਦੁੱਖ ਸੁੱਖ ਮਿਲ ਰਿਹਾ ਪਰਮਾਤਮਾ ਦੇ ਹੁਕਮ 'ਚ ਹੀ ਆ ਰਿਹਾ, ਇਸ ਵਾਸਤੇ ਸਾਡੇ ਕਰਮਾਂ ਦਾ ਫਲ ਹੈ। ਬਾਬਾ ਫਰੀਦ ਸਾਹਿਬ ਜੀ ਤੁਰੇ ਜਾ ਰਹੇ ਨੇ, ਕੋਈ ਜ਼ਿਮੀਂਦਾਰ ਬੀਜ ਬੀਜਣ ਲੱਗਿਆ ਪਿਆ, ਹਲ ਚਲਾ ਰਿਹਾ। ਬਾਬਾ ਜੀ ਨੇ ਪੁੱਛਿਆ, ਕਹਿਣ ਲੱਗੇ ਕੀ ਬੀਜ ਰਹੇ ਹੋ ਤੁਸੀਂ ਇਹਦੇ ਵਿੱਚ? ਕਹਿਣ ਲੱਗੇ, ਫਕੀਰ ਸਾਈਂ, ਮੈਂ ਇਹਦੇ ਵਿੱਚ ਕਿੱਕਰਾਂ ਦੇ ਬੀਜ ਬੀਜਣ ਲੱਗਿਆ। ਬਾਬਾ ਫਰੀਦ ਜੀ ਕਹਿਣ ਲੱਗੇ, ਫਿਰ ਭਾਲ ਦੇ ਕੀ ਹੋ ਵੀ ਇੱਥੋਂ ਮਿਲੂਗਾ ਕੀ? ਭਾਲ ਦੇ ਤਾਂ ਕਹਿੰਦੇ ਅਸੀਂ ਬਹੁਤ ਕੁਛ ਹਾਂ, ਕੀ ਪਾਲਦਿਆਂ ਵੀ ਇੱਥੇ ਸਾਨੂੰ ਬਜੌਰੀ ਦਾਖਾਂ ਮਿਲ ਜਾਣਗੀਆਂ ਜਾਂ ਅੰਬ ਮਿਲ ਜਾਣਗੇ? ਬਾਬਾ ਫਰੀਦ ਜੀ ਨੇ ਬਾਣੀ 'ਚ ਸ਼ਬਦ ਉਚਾਰ ਕੇ ਲਿਖਿਆ, ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਹ ਨਕਟਾਇੰਦਾ ਪੈਦਾ ਲੋੜੇ ਪਾ। ਤੂੰ ਕਿੱਕਰਾਂ ਦੇ ਬੀਜ ਬੀਜ ਰਿਹਾ, ਪਾਲਦਾ ਇੱਥੇ ਦਾਖਾਂ ਲੱਗਣਗੀਆਂ ਜਾਂ ਅੰਬ ਲੱਗ ਜਾਣਗੇ? ਇੱਥੇ ਤਾਂ ਸੂਣਾ ਲੱਗਣਗੀਆਂ ਜਾਂ ਤੁੱਕੇ ਲੱਗ ਜਾਣਗੇ। ਜੈਸਾ ਬੀਜੇਗਾ ਵੱਡੇਗਾ ਮਨ ਮੇਰ।